ਸੋਤਨਾਂ ਮਹੀਨਾ ਜੀਠ ਰਾਗ ਮਾਜਾ ਹਰ ਜੀਠ ਜੋ ਨੰਦਾ ਲੋੜੀਏ ਜਿਸ ਵਗਿਆ ਸਭ ਨਵਨ ਨਵੇਂ ਵਿਸਾਖ ਦਾ ਮਹੀਨਾ ਲੰਘਿਆ ਫੇ ਦੂਰ ਮਹੀਨਾ ਆ ਜਾਂਦਾ ਗਰਮੀ ਪਾਲੀ ਜਾਂਦੀ ਆ ਤੇ ਇਸੇ ਤਰ੍ਹਾਂ ਹੈ ਕਹਿੰਦੇ ਜੀਠ ਦੇ ਮਹੀਨੇ ਗੁਰਾ ਦੱਸਦੇ ਆ ਮਨ ਜਿਹੜਾ ਉਸ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ ਹੈ ਜੇ ਸੋਗਾ ਸੋ ਨਵਨ ਜੇਠ ਨੰਬਰ ਦੇ ਆ ਵੀ ਹੁੰਦਾ ਕਿ ਜੇ ਇਸ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਵੱਡਾ ਉਹਦੇ ਅੱਗੇ ਸਾਰੇ 99 ਨੇ ਨਿਵਦੇ ਝੁਕਦੇ ਆ ਕਮ ਮਨ ਨੂੰ ਫਿਰ ਉਸ ਪ੍ਰਮਾਤਮਾ ਨਾਲ ਜੋੜਨਾ ਚਾਹੀਦਾ ਚਾਹੀਦਾ ਹੈ ਜੋ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਦਾ ਵਿਕ ਕੋ ਕੋ ਪਰਮਾਤਮਾ ਤੇ ਸਾਰੀਆਂ ਆਪਣੇ ਲੋੜਾਂ ਵਾਸਤੇ ਦੇਖੂਦੇ ਦੇ ਅਗੇ ਚੋਕਦੇ ਹਨ ਪਰ ਉਹਨਾਂ ਦੀ ਸਾਰੀਆਂ ਲੋੜਾਂ ਪੂਰੀਆਂ ਹੋ ਨਹੀਂ ਸਕਦੀਆਂ ਤੇ ਜੇ ਪਰਮਾਤਮਾ ਅਗੇ ਨਿਮਰਤਾ ਨਾਲ ਝੁਕੀਏ ਝੁਕੀਏ ਤੇ ਸਾਰਾ ਕੁਝ ਮਿਲ ਸਕਦਾ ਹੈ ਆਖ ਕੇ ਮੰਗ ਹੈ ਦੇਹ ਦੇ ਦਾਤ ਕਰੇ ਦਾਤਾਰ ਦਾਤਾਰ ਇਸ ਵਾਸਤੇ ਜੀ ਕਹਦੇ ਮੰਗਦੇ ਉਹ ਦਾਤਾਂ ਦੇਣ ਵਾਲਾ ਹੈ ਪਰ ਸੱਜਣਤਾ ਬਣ ਲੱਗਿਆ ਕਿਸੇ ਨੂੰ ਦੇਈ ਬਣ ਜੇ ਸੱਜਣ ਪਰਮਾਤਮਾ ਹੁੰਦੇ ਦਾਵਣ ਮੈਨ ਲੜ ਲੱਗਿਆ ਉਹ ਕਿਸੇ ਨੂੰ ਬਣ ਕੇ ਹੋਰ ਕਿਸੇ ਨੂੰ ਨਹੀਂ ਦਿੰਦਾ ਜਿਹੜਾ ਉਹਦੀ ਸ਼ਰਨ ਆ ਜਾਂਦਾ ਹੈ ਉਹਦੀ ਰੱਖਿਆ ਕਰਦਾ ਹੈ ਇਹ ਨਹੀਂ ਵੀ ਜੀਵਨ ਨੂੰ ਫੜ ਕੇ ਦੁਹੇ ਨੂੰ ਫੜਾ ਦੇਵਾਂ ਐਸਾ ਨਹੀਂ ਕਰਦਾ ਉਹ ਸਾਰਿਆਂ ਦੀ ਰਾਖਿਆ ਪਾਲਣਾ ਕਰਨ ਲਈ ਸਮਰਥ ਹੈ ਉਹ ਜਿਵੇਂ ਸ਼ਿਵੀ ਰਾਜਾ ਬੜਾ ਤੇਰਾ ਮਾਤਮਾ ਸੀ ਇੰਦਰ ਨੇ ਵਿਚਾਰ ਕੀਤੇ ਵੀ ਇਹਦੇ ਫਰਕ ਕਰ ਜੇ ਤੇ ਉਹ ਵੇ ਆਗ ਦੇਵਤਾ ਜਿਹੜਾ ਹੈ ਉਹਦੇ ਨਾਲ ਵਿਚਾਰ ਕਰ ਲਈ ਵੇ ਦੇਖੀਏ ਕਿ ਮੈਂ ਤੇ ਅਗ ਦੇਵਤਾ ਕਬੂਤਰ ਬਣ ਗਿਆ ਤੇ ਇੰਦਰ ਬਾਜ ਬਣ ਗਿਆ ਉਹ ਕਬੂਤਰ ਨੂੰ ਮਾਰਨ ਲਈ ਜਾ ਰਿਹਾ ਰਾਜਾ ਕਹਿੰਦਾ ਭਈ ਇਹਨੂੰ ਗਰੀਬ ਜਾਨਵਰ ਨੂੰ ਕਿਉਂ ਮਾਰਦੇ ਹੈ ਅਖੇ ਮੇਰਾ ਖਾਜਾ ਉਹ ਕਹਿੰਦਾ ਭਈ ਇਹਨੂੰ ਨਾ ਮਾਰ ਮੇਰੇ ਸਰੀਰ ਦਾ ਮਾਸ ਲੈ ਲੈਣਾ ਤੋਲ ਕੇ ਉਹ ਹੁਣ ਉਹਦਾ ਇਹ ਮਾਸ ਲੈ ਰਿਹਾ ਉਹ ਬਧੀ ਜੰਨ ਅਖੀਰ ਜਿਹੜਾ ਸ਼ਿਵੀ ਰਾਜਾ ਸੀ ਫਿਰ ਉਹ ਫਿਰ ਵਰਡ ਕੇ ਤਕੜੀ ਫਾਣ ਲਗੇ ਤੇ ਫਿਰ ਇੰਦਰ ਨੇ ਹੱਥ ਫੜ ਲੈ ਤੇ ਮਥਾਟੇ ਕੇਵਤੋਂ ਤਾਨਿਆ ਉਹਦਾ ਫਿਰ ਸਰੀਰ ਵੀ ਰਾਜੀ ਕਰ ਦਿੱਤਾ ਇਸ ਕੰਮਾਰੇ ਕੰਦੇ ਦੇ ਸਾਧੂ ਰੂ ਦੇਖੋ ਹੁਣ ਸਿੱਧੀ ਜੋੜ ਮਿਲੇ ਚੱਲਦੇ ਆ ਆਪ ਆਪ ਕੁਰਬਾਨ ਕਰਕੇ ਕਿ ਮੈਂ ਦੇਸ਼ ਕੁੰਮ ਦੀ ਰੱਖਿਆ ਕੀਤੀ ਹੈ ਓਮ ਬਲਿਹਾਰੀ ਸਦੂਰ ਪੂਰੇ ਸਰਨ ਕੇ ਦਾਤੇ ਬਚਨ ਕੇ ਸੂਰੇ ਐਸਾ ਭਰਮ ਮਿਲੇ ਸੁਖ ਦਾਤਾ ਵਿਛੜਨਾ ਕਤਹੀਂ ਜਾਤ ਸਾਹਿ ਅਸੀਂ ਆਪਣੇ ਪੂਰੇ ਗੁਰਾਂ ਦੇ ਬਲਿਹਾਰ ਜਾਂਦੇ ਆਂ ਸਰਨ ਦਿਨ ਜੋਗ ਆਪ ਬਚਨ ਦੇ ਪੂਰੇ ਆ ਐਸੇ ਸੁੱਖਾਂ ਦਾਤੇ ਮਿਲੇ ਯਾ ਦੇਖਾਂ ਦੀ ਬਿਛੜ ਨਹੀਂ ਜਾਂਦੇ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਬਾਦਿਸ਼ਾ ਚਿਟਾ ਬਾਦ ਛੱਡਿਆ ਸੀ ਤੇ ਮਹਾਰਾਜ ਦੇ شکارਗਾਚ ਆ ਗਿਆ ਉਹ ਬਾਜਣ ਵਾਲੀ ਫੌਜਾਂ ਚੜਾਈਆਂ ਮਹਾਰਾਜ ਕਹਿੰਦੇ ਹੋਵੇ ਛਰਨ ਜਿਹੜਾ ਆ ਜਾਏ ਉਹਦੀ ਹਿਰੀਖਿਆ ਕਰਦੇ ਆਂ ਅਰਤਾਰਪੁਰ ਜੰਗ ਵੀ ਹੋਇਆ ਫਿਰ ਉਹਨਾਂ ਨੂੰ ਸ਼ਿਕਾਸਤ ਹੋਈ ਇਹ ਕਲਕ ਦੋ ਸਟਾਨ ਦੀ ਫੌਜ ਮਾਰੀ ਗਈ ਮਾਨਕ ਮੋਤੀ ਨਾਮ ਪ੍ਰਭ ਉਹਨੇ ਲੱਗਿਆ ਨਹੀਂ ਸਾਨੂੰ ਉਹ ਪ੍ਰਮਾਤਮਾ ਦਾ ਨਾਮ ਮਾਨਕ ਹੈ ਮੋਤੀਆਂ ਦੀ ਨਹੀਂ ਸੱਚਾ ਔਰ ਕਹਿੰਦੇ ਉਹਨੂੰ ਸਾਨੂੰ ਮੈਨੇ ਬਟਾ ਨਹੀਂ ਲੱਗਦਾ ਉਹ ਚਰਾਇਆ ਨਹੀਂ ਜਾਂਦਾ ਸਾਨੂੰ ਹੁੰਦਾ ਅਗੇ ਪਾੜ ਲਾ ਕੇ ਕਿਸੇ ਦਾ ਸਮਾਨ ਸਮਾਨ ਕੱਢ ਲੈਣਾ ਕਹਿੰਦੇ ਉਹ ਪਾੜ ਵੀ ਨਹੀਂ ਲੱਗਦਾ ਮਨ ਸੋਨਾ ਚਾਂਦੀ ਗਹਿਣਾ ਸਿੱਕਾ ਹੋਵੇ ਉਹ ਚੋਰੀ ਹੋ ਜਾਂਦਾ ਤੇ ਜਾਂ ਉਹਦੇ ਖੋਟ ਹੋਵੇ ਤੇ ਪੂਰਾ ਮੋਲ ਨਹੀਂ ਮਿਲਦਾ ਪਰ ਇਹਦਾ ਪਰਮੇਸ਼ਰ ਦਾ ਨਾਮ ਇਹ ਹੈਗੇ ਜਿਹੜਾ ਨਹੀਂ ਜਾਂਦਾ ਹੈ ਹਰ ਤਨ ਨਿਰਭਉ ਸਦਾ ਸਦਾ ਅਸਤ ਹੈ ਸੱਚਾ ਇਹ ਤਾਂ ਅਗਨੀ ਤਸ ਕਰੇ ਪਾਣੀ ਹੈ ਜਿਮ ਦੂਤੇ ਕਿਸੇ ਗਾਗਵਾ ਨਾ ਜਾਈ ਇਹ ਨਾਮ ਤਨ ਹੀ ਜਿਹਨੂੰ ਪਤਾ ਸਦਾ ਰਹਿਣ ਵਾਲਾ ਆ ਗਿਆ ਚੋਰ ਆ ਪਾਣੀ ਜਿਉਂ ਦੂਤ ਕਹਿੰਦਾ ਕੋਈ ਨਹੀਂ ਜਾਂਦਾ ਹਰ ਤੁਨ ਕੋ ਚੱਕਾ ਨੇੜਾ ਨਾ ਵਿਜਮ ਜਾਗਾਤੀ ਡੰਡ ਡੰਡ ਨਾ ਲਗਾਏ ਹਰੀ ਦੇ ਤੁਹਾਨੂੰ ਕੋਈ ਚੋਕਾ ਠਾਕੁਰ ਦੀ ਨੇੜੇ ਨਹੀਂ ਆਉਂਦਾ ਜਾਮਾਂ ਦੇ ਜਗਾਤੀ ਵੀ ਡੰਡ ਨਹੀਂ ਲਾਉਂਦੇ ਮਸੂਲੀਏ ਰੰਗ ਦੇ ਸਭੇ ਨਾਰਾਇਣੇ ਜਿਤੇ ਮਨ ਪਵਾਨ ਕਹਿੰਦੇ ਸਾਰੇ ਰੰਗ ਪ੍ਰਮਾਤਮਾ ਦੇ ਜਿੰਨ ਨੂੰ ਮਨ ਨੂੰ ਪਹੁੰਚਦੇ ਆ ਮਨ ਵਿੱਚਾਂਗੇ ਲੱਗਦੇ ਏ ਪ੍ਰਮਾਤਮਾ ਨੇ ਰਚਨਾ ਪੇ ਰਚਾਈ ਹੈ ਸੰਸਾਰ ਜਿੰਨੇ ਵੀ ਹਾਂ ਜੀ ਕੋ ਕਾਲਾ ਕੋਈ ਪੀਲਾ ਕੋਈ ਕਿਸ ਤਰ੍ਹਾਂ ਕੋਈ ਬੰਡਾ ਕੋਈ ਛੋਟਾ ਪਰਛਾ ਕਸ਼ੂ ਪੰਛੀ ਹੈ ਇਹ ਸਾਰਾ ਖੇਲੂ ਦਾ ਹੀ ਹੈ ਆਪੇ ਹਰ ਰੰਗ ਹੈ ਆਪੇ ਬੋਰੰਗ ਵੀ ਜੋਤ ਸੁਭਾਅ ਨਾਨਕਾ ਸਾਈ ਗੱਲ ਚੰਗੀ ਜੋ ਹਰ ਲੋੜੇ ਸੋ ਕਰੇ ਸੋਏ ਜੀਵਾਨ ਕਿਉਂਕਿ ਸਾਰੇ ਪਾਸੇ ਹੋ ਗੁੰਦਾ ਉਸੇ ਦਾ ਵਰਤਦਾ ਜੋ ਪਰਮਾਤਮਾ ਲੋੜੇ ਚਾਹੁੰਦਾ ਉਹੀ ਕੁਝ ਕਰਦਾ ਜੀ ਵੀ ਉਹੋ ਜੇ ਕਰਦਾ ਜਿਵੇਂ ਉਹ ਕਰਾ ਰਿਹਾ ਸੱਤਾ ਤੂ ਦੀ ਹੈ ਇਹ ਠੀਕ ਹੈ ਕੁ ਸੰਗ ਦੇ ਪ੍ਰਭਾਵ ਨਾਲ ਉਹ ਸ਼ਕਤੀ ਦਾ ਕੋਈ ਸਾਧੂ ਬਜੋ ਕਰਦਾ ਕੋਈ ਦੁਰਭਜੋ ਕਰਦਾ ਉਹਦੇ ਫਲ ਜੁਦੇ ਹਨ ਬਿਜਲੀ ਦੀ ਲਾਈਟ ਹੈ ਚਾਹੇ ਬੈ ਕੇ ਬਾਣੀ ਪੜ ਲਓ ਚਾਹੇ ਕੋਈ ਮਾੜਾ ਕੰਮ ਕਰੋ ਬਿਜਲੀ ਦਾ ਤਾਂ ਕੋਈ ਕਸੂਰ ਨਹੀਂ ਨੂੰ ਉਹ ਉਹਦੇ ਆਪਣੇ ਕਰਮਾਂ ਦਾ ਹੀ ਆ ਜੋ ਪ੍ਰਵ ਕੀਤੇ ਆਪਣੇ ਸਹੀ ਕੀ ਹੈ ਧੰਨ ਜਿਬ ਜਿਬ ਨਿਵ ਤੇਸ ਭਾਵ ਤੇ ਵਚਲਾਵਾ ਜਿ ਉਹ ਪਰਮਾਣੂ ਕਰਦਾ ਹੈ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਬਣਾ ਲਿਆ ਨਾ ਉਹਨਾਂ ਨੂੰ ਧੰਨ ਕਹਿ ਕੇ ਕਿਹਾ ਜਾਂਦਾ ਹੈ ਮਹਾਰਾਣੀ ਜਿੱਥੇ ਕਿਰਪਾ ਕੀ ਦੀਦਾਸ ਹੋਣਾ ਲਿਆ ਉਹਨਾਂ ਨੂੰ ਵੀ ਲੋਕ ਬੜਾ ਸਤਿਕਾਰ ਦਿੰਦੇ ਹੈ ਧੰਨ ਧੰਨ ਬੜਾ ਭਾਗੀ ਨਾਨਕਾ ਜਿਨ੍ਹਾਂ ਸਤੂਰ ਲਏ ਮਨਾਇ ਵੱਡਿਆਂ ਭਾਗਾਂ ਲਿਆ ਧੰਨਤਾ ਜੋ ਗਿਆ ਜੇ ਨਨੂ ਗੁਰੂ ਜੀ ਨੇ ਆਪਣੇ ਨਾਲ ਮਿਲਾ ਲਿਆ ਆਪਣ ਲੀਏ ਜੇ ਮਿਲਣ ਵਿਛੜ ਕੋ ਰੋਵਨ ਕਹਿੰਦੇ ਜੀ ਜੀਵ ਆਪਣੇ ਲਈ ਜੋ ਇਹ ਚਾਹਦਾ ਉਹ ਹੀ ਪਦਾਰਥ ਮਿਲ ਜਾਏ ਫੇਰ ਉਹ ਪਦਾਰਥ ਕਿਸ ਬੰਦੀ ਨੂੰ ਵਿਛੜ ਕਿਉਂ ਜਾਂਦੇ ਫਿਰ ਹੁੰਦਾ ਕਿਉਂ ਹਾਂਜੀ ਇਸ ਕਰਕੇ ਆਪਣੇ ਯਤਨ ਨਾਲ ਕੋਈ ਪਦਾਰਥ ਨਹੀਂ ਮਿਲਦਾ ਮੈਂ ਜਦ ਤੱਕ ਸਾਧਨ ਜਿੰਨੇ ਹੈ ਇਹ ਵੀ ਦੀ ਕਿਰਪਾ ਹੋਵੇ ਤਾਂ ਹੀ ਹੁੰਦਾ ਹੈ ਇਸ ਕਰਕੇ ਜੀਵ ਉਹਨੂੰ ਵਿਛੜ ਜਾਂਦਾ ਫੇ ਕਲਪਲਾ ਜੂਨਾ ਜਿ ਕਿਉਂ ਦੁਖ ਸਹਿੜਦਾ ਤੇ ਇਸ ਕਰਕੇ ਕਹਿੰਦੇ ਜੇ ਆਪਣੀ ਜਿਤਰਾ ਹੀ ਨਾ ਹੋ ਜਾ ਫੇ ਨਹੀਂ ਇਹ ਤਾਂ ਉਹਦੀ ਕਿਰਪਾ ਨਾਲ ਹੀ ਆਪਨ ਲਈ ਆ ਜੇ ਮਿਲਿਆ ਤਾਂ ਸੋ ਕੋ ਭਾਗਠ ਹੋਇ ਇਹ ਆਪਣੀ ਇਛਾ ਨੇ ਮਿਲਿਆ ਸਾਰੇ ਭਾਗਠ ਧੰਨવાન ਬਣ ਜਾਣ ਭਾਗਠ ਅਮੀਰ ਬਣ ਜਾਣ ਕਰਮਾਂ ਪਰ ਨਿਬੜਿਆ ਜੇ ਲੂਚਾ ਸੋ ਕੋ ਇਹ ਕਰਮਾਂ ਦੇ ਸਾਰੇ ਗੱਲ ਨਿਬੜਦੀ ਹੈ ਹੈ ਜੋ ਹੁੰਦੇ ਸਾਰੇ ਹੀ ਹੈ ਪਰ ਉਹ ਕਰਮਗਤੀ ਬਲਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਮਾਨ ਰੰਗ ਮਾਨਨ ਮਾਰੇ ਦਾ ਦੇਵ ਇਸ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਗਿਆਨ ਪ੍ਰਾਪਤ ਹੁੰਦਾ ਜਿਹੜੇ ਗਿਆਨवान ਬ੍ਰਹਮ ਗਿਆਨੀ ਹੋ ਸਦਾ ਆਨੰਦ ਮਾਨਦੇ ਆ ਤੇ ਉਹ ਗਿਆਨੀ ਜਿਹੜੇ ਆ ਉਹ ਆਪਣੇ ਅਗਿਆਨ ਕਰਕੇ ਦੁੱਖ ਭੋਗਦੇ ਆ ਇਹ ਬਲਵੜੇ ਮਹਾਂਪੁਰਖ ਹੈ ਉਹ ਫੇਰ ਹਰ ਖੁਸ਼ੋਕ ਤੋਂ ਰਹਿਤ ਹੋ ਕੇ ਸੁਖ ਭੋਗਦੇ ਆ ਹਰ ਜਨ ਨੇ ਗਿਲਾ ਤੇ ਤਣੇ ਜਿਹਾ ਭਾਗ ਮਿਲ। ਇਹ ਜੇਠ ਦਾ ਮਹੀਨਾ ਕਹਿੰਦੇ ਉਹਨਾਂ ਨੂੰ ਰਗਾ ਆਨੰਦ ਦਿੰਦਾ ਜਿਨ੍ਹਾਂ ਦੇ ਮੱਥੇ ਦੇ ਭਾਗ ਸੁਰੇਸ਼ਟ। ਕੋ ਭਾਗਾਂ ਦੂਏ ਨੂੰ ਕੋਈ ਲੋ ਬਲਵੰਦੀ ਨੇ। ਹਾਂਜੀ ਇਸ ਕਰਕੇ ਸਾਰੀ ਗੱਲ ਜਿਹੜੀ ਭਾਗ ਬਣਾਉਣੇ ਪੈਂਦੇ ਆ। ਭਜਨ ਬਾਣੀ ਕਰਕੇ ਸਭ ਗੁਣ ਤੇਰੇ ਮੈਂ ਨਾਹੀਂ ਕੋਇ। ਬੰਨਵਣ ਕੀਤੇ ਭਗਤ ਨਾ ਹੋਏ। ਇਸ ਕਰਕੇ ਸ਼ੁਭ ਗੁਣ ਪੈਦਾ ਕੀਤੇ ਉਹਨਾਂ ਭਗਤੀ ਕਿਵੇਂ ਹੋਏਗੀ ਗੁਣ ਸਾਰੇ ਉਦੇ ਆ ਉਹਦੀ ਕਿਰਪਾ ਨਾਲ ਸ਼ੁਭ ਗੁਣ ਮਿਲਦੇ ਆ ਮੀਨਾ ਜੀ ਠਾਵ ਤੋਂ ਖਾਰੀ ਆ ਮਾਉ ਜੀਠ ਪਾਲਾ ਪ੍ਰੀਤ ਨੂੰ ਕਿਉਂ ਮਿਸਰਿਆ ਕਹਿੰਦੇ ਜੀਠ ਦਾ ਮੀਨਾ ਸ੍ਰੇਸ਼ਟ ਆ ਹਾਂਜੀ ਪਰ ਉਹ ਸ੍ਰੇਸ਼ਟ ਤਾਂ ਹੀ ਆ ਪਿਉ ਪਿਆਰਾ ਨਾਮ ਭੁੱਲਿਆ ਸਦਾ ਚੇਤੇ ਰਹਿ ਹੈ ਉਹਦੀ ਯਾਦ ਬਣੀ ਰਹੇ ਖਲਤਬ ਸਰ ਭਾਰ ਸਾਤਨ ਵਿਨੋ ਕਰੇ ਇਹ ਧਰਤੀ ਰੂਪੀ ਹਿਰਦਾ ਕਹਿੰਦੇ ਜਦੋਂ ਵਿਛੋੜਾ ਹੋ ਜਾਂਦਾ ਨੂੰ ਤੇ ਉਹ ਪੱਠ ਦੀ ਨਿਆਈ ਫਿਰ ਤਪਦਾ ਯਾਨੀ ਸਾਰੰਮੇ ਸਦਾਰਿ ਨਈ ਪਾਠ ਦੀ ਕਰਨ ਤਪਦਾ ਸਾਤਨ ਵਿਨੋ ਕਰੇ ਉਹ ਜੀਵਾਤਮਾ ਫਿਰ ਬੰਧੀਆਂ ਕਰਦੇ ਆ ਕੋ ਦਾ ਮਲਾਪ ਕਿਵੇਂ ਹੋਵੇ ਗਣ ਬਿਨੋ ਕਰੇ ਦੀ ਗੁਣ ਸਾਰੇ ਦੀ ਗੁਣ ਸਾਰੀ ਪ੍ਰਭਾਵਾ ਉਹ ਜੀਵਾਤਮ ਬੇਨਤੀ ਹੈ ਪਿਆਰੇ ਤੇਰੇ ਗੁਣਾਂ ਨੂੰ ਯਾਦ ਕਰਦੇ ਆ ਹੈ ਕਿ ਸਾਡੀ ਕੀਤੀ ਬੰਦਗੀ ਸੇਵਾ ਤੈਨੂੰ ਕਿਵੇਂ ਪਾਜਵੇ ਮਨਜ਼ੂਰ ਹੋ ਜਾਏ ਇਹ ਕਿਰਪਾ ਕਰੋ ਕਿਉਂਕਿ ਬੇਗਨ ਨਾ ਪਵੇ ਨਹੀਂ ਤਾਂ ਮਨ ਹਰਮੀ ਹੈ ਵਿੱਚ ਇਹ ਕਈ ਵਾਰੀ ਫਿਰ ਸੇਵਾ ਛੱਡ ਕੇ ਬਾਝ ਜਾਂਦਾ ਗੁਰੂ ਦੀ ਓੜ ਕਨੇਵਜਾ ਗੁਰੂ ਦੀ ਕਿਰਪਾ ਨਾਲ ਸੱਚਾ ਮਨ ਰਹੇ ਵੈਰਾਗੀ ਆਵਣ ਦੇ ਤਾਮ ਬ੍ਰਾਗੀ ਜਿਹੜੇ ਆ ਸਾਧੂ ਆ ਉਹ ਜਿਹੜਾ ਨਾਲ ਦੇ ਪਰਮੇਸ਼ਰ ਆ ਸੱਚੇ ਮਹਿਲ ਉਹ ਆਪਣੇ ਸੱਚ ਸਰੂਪ ਦੇ ਵਿੱਚ ਰਹਿੰਦਾ ਆਵਣ ਦੇ ਤਾਮ ਅਰਥਾਤ ਕਹਿੰਦੇ ਉਹਦੀ ਆਗਿਆ ਤੋਂ ਬਿਨਾ ਇਹ ਜਿਹੜਾ ਸੱਚਾ ਮਨ ਸੂਪਿਆ ਇਹਦੇ ਕਿਵੇਂ ਆ ਸਕਦੇ ਕਿਵੇਂ ਇਹਦੇ ਹਾਂਜੀ ਪ੍ਰਵੇਸ਼ ਹੋ ਸਕਦੇ ਜਿਵੇਂ ਰਾਜ ਦਾ ਮਾਲਿਆ ਤੇ ਆਗਿਆ ਤੋਂ ਬਿਨਾ ਤੰਦਰ ਜਾਣਾ ਔਖਾ ਨਾ ਇਸ ਤਰ੍ਹਾਂ ਇਹ ਗੁਰੂ ਦੇ ਮੇਲ ਸਰੂਪ ਜਾਣ ਵਾਸਤੇ ਵੀ ਉਹਦੇ ਆਗਿਆ ਦੀ ਜ਼ਰੂਰਤ ਆ ਤੇ ਆਗਿਆ ਕਰਦਾ ਫਿਰ ਦੀ ਪਰਖ ਕਰਦਾ ਵੀ ਆਗਿਆ ਮੰਨਦੇ ਕਿ ਨਹੀਂ ਮੰਨਦੇ ਤੇ ਜਿਹੜਾ ਫਿਰ ਬਚਨ ਚ ਪੂਰਾ ਉਤਰਦਾ ਧੰ ਗੁਰੂ ਅਮਰਦਾਸ ਐ ਮਨੂੰ ਉਹ ਬਖਸ਼ ਲਿਆ ਜਾਂਦਾ ਹੈ ਮਾਬੇ ਮਾਂਜੂ ਵਾਂਗੂ ਨਮਾਣੀ ਨਤਾਣੀ ਹਰ ਵੇਨ ਕਿਉਂ ਭਾਵੇ ਸੁਖ ਮੇਲ ਕਿਉਂਕਿ ਮਾਨ ਤੋਰ ਰਹਿ ਤੇ ਤਾਣ ਬਲ ਤੋਰ ਰਹਿ ਤੇ ਸਾਡੇ ਚ ਮਾਰ ਕੋਈ ਸ਼ਕਤੀ ਨਹੀਂ ਤੇਰੀ ਆਗਿਆ ਤੋਂ ਬਿਨਾ ਤੇਰੀ ਕਿਰਪਾ ਦੂਵੇਂ ਨਹੀਂ ਇਹ ਲ ਮੈਲ ਸਰੂਪ ਦਾੰਨ ਕਿਵੇਂ ਭਾ ਸਕਦੇ ਇਹ ਜੀ ਗਿਆ ਸੂ ਜਿਹੜਾ ਜਿਸਦੇ ਕੋ ਮਾਨ ਵੀ ਹੈ ਨਹੀਂ ਤਾਣ ਵੀ ਹੈ ਨਹੀਂ ਉਹਦੇ ਸਰੂਪ ਨੂੰ ਕਿਵੇਂ ਪਾਏਗਾ ਉਹਦੇ ਮਹਿਲ ਸਰੂਪ ਦਾ ਕਿਵੇਂ ਸੋਖ ਪਾਏਗਾ ਨਾਨਕ ਜੀ ਠੇ ਜਾਣਾ ਤੇ ਸਜੈ ਸੀ ਕਰਮ ਲੈ ਗੁਣ ਗਹਿ ਲਈ ਮਾਰੇ ਗੰਦੇ ਜੀਠ ਦੇ ਮੈਨੇ ਦੁਆਰਾ ਇਹ ਜੀਵ ਆਤਮਾ ਇਹ ਗੱਲ ਜਾਣ ਲੈ ਭਜਨ ਕਰ ਕਰ ਫੇ ਤਾਂ ਉਹ ਉਹਦੇ ਵਰਗਾ ਹੀ ਗਜਨ ਦਾ ਜਿਹੜੇ ਕਰਮ ਕਾਂਡ ਚ ਲੱਗੇ ਮਾਇਆ ਦੇ ਤਿੰਨਾਂ ਗੁਣਾਂ ਜੀ ਭੁੱਲੇ ਆ ਉਹ ਜਿਹੜੇ ਜੁਗਿਆ ਸੂਰ ਉਹ ਪਰਮਾਤਮਾ ਦੇ ਸਰੂਪ ਨੂੰ ਨੇ ਬਾਤ ਸਕਦਾ ਜਿਨ ਹੋਂ ਮੈਂ त्याਗਤੀ ਉਹ ਹੀ ਜਾਣਦਾ ਹੈ ਉਹ ਜਿਹੜੇ ਫੋਕੇ ਕਰਮ ਗਾਂਢਿਆ ਇਹਨਾਂ ਚ ਨਹੀਂ ਫਟਕਦੇ ਤੇ ਉਹਨਾਂ ਦੇ ਅੰਦਰ ਫਿਰ ਹਾਂਜੀ ਗੱਲ ਨਹੀਂ ਹੁੰਦਾ ਗਫਲਤ ਕਰਨੀ ਭੁੱਲੇ ਹੋਣ ਉਹ ਜਿਹੜੇ ਹਾਂਜੀ ਭੁੱਲੇ ਸੇਵਾ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਸਾਥ ਸੰਗ ਨਹੀਂ ਕਰਦੇ ਅਗਿਆਨਤਾ ਚ ਲੱਗੇ ਉਹ ਕਹਿੰਦੇ ਉਹਦੇ ਮਹਰੂ ਸੁਰੂਪ ਨੂੰ ਕਿਵੇਂ ਬਾਤ ਸਕਦੇ ਉਹੀ ਪੁੰਦਾ ਜਿਹੜਾ ਸਾਵਧਾਨ ਹੋ ਕੇ ਉਸ ਪਰਮੇਸ਼ਰ ਦੀ ਬੰਦਗੀ ਕਰਦਾ ਐਨ ਆਕਾਗਰ ਹੋ ਕੇ ਸੇਵਾ ਕਰਦਾ ਮਨ ਪਾਈ ਸਹ ਪਾਈ ਭਗੀਰੋ ਸਾਹਿਬ ਮਨਸਿਆਂ ਨੂੰ ਦਾਦਣੇ ਲਿਆਉਂਦੇ ਸੀ ਨਾ ਸੇਵਾ ਤਾਂ ਨਾਲ ਸਾਦੀ ਸੀ ਪਰ ਉਹ ਨਾ ਜਾਣਾ ਬੜਾ ਬਾਈ ਮਿਲਉਣਾ ਜਾਣਾ ਗਰਮੀ ਆ ਸਰਦੀ ਆ ਭੁੱਖ ਆ ਪਿਆਸ ਸਰੀਰ ਵਿੱਚ ਟਿਲ ਮਠ ਵੀ ਆ ਜਾਂਦੀ ਹੈ ਹਾਲਸ ਕਰਦਾ ਮਨ ਪਰ ਨਹੀਂ ਨੇੜੇ ਪ੍ਰੇਮੀ ਉਹਦੇ ਨਾਲ ਲੱਗੇ ਰਹਿੰਦੇ ਆ ਤੇ ਫਿਰ ਆਉਣ ਸਮੇਂ ਦੇ ਨਾਲ ਇਹ ਨਹੀਂ ਤੇ ਉਹਨਾਂ ਮਾਰੇ ਇੱਕ ਵੇਸ਼ਨਾਣ ਕਰਦੇ ਆ ਕਦੀ ਕੇਹ ਟਾਈਮ ਆਗਾ ਕਦੀ ਕੇਹ ਟਾਈਮ ਆ ਗਿਆ ਤੇ ਨਿਸ਼ਚਿਤ ਸਮੇਂ ਨਾ ਪਹੁੰਚਣਾ ਤੇ ਉਹ ਇਸ਼ਨਾਣ ਦੀ ਸੇਵਾ 'ਚ ਹਾਜ਼ਰ ਰਹਿਣਾ ਬਸਤਰ ਫੜ ਕੇ ਖੜਨਾ ਤੇ ਇਸ ਤਰ੍ਹਾਂ 1-2 ਦਿਨ ਨੇ ਤੇ ਪੂਰਾ ਅਨਿ ਹੱਟਾ ਕੇ ਮਾਰੇ ਉਹ ਸੰਗ ਸੇਵਾ ਨੂੰ ਹੰਦਾ ਰਿਹਾ ਆਖੀਰੀ ਫਿਰ ਕਹਿਣ ਲੱਗੇ ਦਾਤਣ ਕਾਦੀ ਆਖੇ ਜੀ 베ਰੀ ਕਹਿੰਦੇ ਅੱਛਾ ਚਲੋ ਆਖਰੀ 베ਰੀ ਦੀ ਸੇਵਾ ਪਰਵਾਨ ਹੋ ਗਏ ਬਾਤਨ ਕਰਕੇ ਕੱਢ ਦਿੱਤੀ ਉਦੋਂ ਮੇਰ ਸਹਿਬ ਬਣ ਗਏ ਇਸ ਤਰ੍ਹਾਂ ਆਹ ਜਿਹੜੇ ਉਹ ਪ੍ਰੇਮੀ ਆ ਉਹ ਤੇ ਉਹ ਕਿਰਦਾਂ ਗੁਮੀ ਵਰਸਾ ਪੀ ਗੁਰਦੇ ਕੰਨ ਜਾਈ ਉਹੇ ਪਰਵਾ ਨਹੀਂ ਕਰਦੇ ਦੁੱਖ ਸੁੱਖ ਦੀ ਐ ਨਕਾਗਰ ਚਿਤ ਹੋ ਕੇ ਲੱਗੇ ਰਹਿੰਦੇ ਆ ਜੇ ਜਦੋਂ ਮਹਾਰਾਜ ਵੀ ਦੇਖਦੇ ਰਹਿ ਬਈ ਇਹਦਾ ਪ੍ਰੇਮ ਸੱਚਾ ਹੈ ਇਹ ਦੁੱਖਾਂ ਸੁੱਖਾਂ ਚ ਘਬਰਾਇਆ ਨਹੀਂ ਤੇ ਫੇਰ ਉਹ ਕਿਰਪਾ ਦੇ ਪਾਤਰ ਬਣ ਜਾਂਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ